Hey guys, subscribe and press the bell icon to never miss a video from Gabru. ਜਦੋਂ ਸੋਹਣੀ ਸ਼ਾਇਰੀ ਅਤੇ ਸੋਹਣੀ ਆਵਾਜ਼ ਦਾ ਸਮੇਲ ਹੁੰਦਾ ਉਦੋਂ ਹੀ ਇੱਕ ਪਿਆਰੇ ਗੀਤ ਦਾ ਜਨਮ ਹੁੰਦਾ। ਅਜਿਹੇ ਪਿਆਰੇ ਗੀਤ ਨੂੰ ਜਨਮ ਦੇਣ ਵਾਲੇ ਹਨ ਸਤਿੰਦਰ ਸਰਤਾਜ ਜੀ, ਜੋ ਹਰ ਵਾਰ ਆਪਣੇ ਗੀਤਾਂ ਦੇ ਰਾਹੀਂ ਆਡੀਅੰਸ ਦੇ ਦਿਲਾਂ ਤੇ ਇੱਕ ਡੂੰਘਾ ਪ੍ਰਭਾਵ ਪਾਉਂਦੇ ਨੇ। ਕੁਝ ਦਿਨਾਂ ਪਹਿਲਾਂ ਸਤਿੰਦਰ ਸਰਤਾਜ ਵੱਲੋਂ ਆਪਣੀ ਐਲਬਮ 7 ਰਿਵਰਸ ਦਰਿਆਈ ਤਰਜਾ ਦੀ ਅਨਾਊਂਸਮੈਂਟ ਕੀਤੀ ਗਈ ਸੀ, ਜਿਸ ਦੇ ਵਿੱਚ ਕੁੱਲ 7 ਗਾਣੇ ਹਨ ਜੋ ਕਿ 7 ਦਰਿਆਵਾਂ ਨੂੰ ਡੈਡੀਕੇਟ ਕੀਤੇ ਗਏ ਨੇ। ਤੇ ਅੱਜ ਵਰਲਡ ਮਿਊਜ਼ਿਕ ਡੇ ਤੇ ਉਹਨਾਂ ਵੱਲੋਂ ਆਪਣੀ ਐਲਬਮ ਦੇ ਪਹਿਲੇ ਗੀਤ ਨੂੰ ਰਿਲੀਜ਼ ਕੀਤਾ ਗਿਆ, ਜਿਸ ਦਾ ਟਾਈਟਲ ਹੈ ਗੁਰਮੁਖੀ ਦਾ ਬੇਟਾ, ਜੋ ਕਿ ਰਿਵਰ ਸਤਲੁਜ ਨੂੰ ਡੈਡੀਕੇਟਡ ਹੈ। ਤੁਸੀਂ ਚੈੱਕ ਕਰੋ ਇਸ ਗਾਣੇ ਦੇ ਕੁਝ ਇੰਟਰਸਟਿੰਗ ਸਕ੍ਰੀਨਸ਼ਾਟਸ। ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਤਿੰਦਰ ਸਰਤਾਜ ਵੱਲੋਂ ਹਾਲ ਹੀ ਦੇ ਵਿੱਚ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ, ਜਿਸ ਦੇ ਵਿੱਚ ਉਹ ਆਪਣੇ ਇਸ ਗਾਣੇ ਦੇ ਬਾਰੇ ਇਨਫੋਰਮੇਸ਼ਨ ਆਪਣੇ ਫੈਨਸ ਦੇ ਨਾਲ ਸ਼ੇਅਰ ਕਰ ਰਹੇ ਨੇ। ਤੁਸੀਂ ਚੈੱਕ ਕਰੋ ਉਹਨਾਂ ਦੇ ਇਸ ਪੋਸਟ ਨੂੰ। ਗਾਣੇ ਦੀ ਗੱਲ ਕਰੀਏ ਤਾਂ ਇਸ ਗਾਣੇ ਦੇ ਵਿੱਚ ਸਤਿੰਦਰ ਸਰਤਾਜ ਜੀ ਕਹਿ ਰਹੇ ਨੇ, ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੇ ਲੋਰਦੇ ਨੇ ਅੱਖਰ, ਜਿਸ ਦੇ ਵਿੱਚ ਉਹ ਗੁਰਮੁਖੀ ਪੰਜਾਬੀ ਭਾਸ਼ਾ ਦੇ ਬਾਰੇ ਆਪਣਾ ਪਿਆਰ ਅਤੇ ਸਤਿਕਾਰ ਜ਼ਾਹਿਰ ਕਰਦੇ ਹੋਏ ਸਾਨੂੰ ਨਜ਼ਰ ਆ ਰਹੇ ਨੇ। ਹੁਣ ਜੇ ਅਸੀਂ ਗੱਲ ਕਰੀਏ ਸੌਂਗ ਡਿਟੇਲਸ ਦੀ ਤਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਸੌਂਗ ਦੇ ਲਿਰਿਕਸ ਸਤਿੰਦਰ ਸਰਤਾਜ ਵੱਲੋਂ ਹੀ ਲਿਖੇ ਗਏ ਨੇ ਅਤੇ ਸੌਂਗ ਦਾ ਮਿਊਜ਼ਿਕ ਕੰਪੋਜ਼ ਕੀਤਾ ਹੈ ਬੀਟ ਮਿਨਿਸਟਰ ਨੇ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਜੀ ਦੇ ਸੌਂਗ ਮਾਸੂਮੀਅਤ ਦੇ ਮਿਊਜ਼ਿਕ ਨੂੰ ਵੀ ਕੰਪੋਜ਼ ਕੀਤਾ ਸੀ ਅਤੇ ਸੌਂਗ ਦੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਸੰਦੀਪ ਸ਼ਰਮਾ ਨੇ। ਇਹ ਸੌਂਗ ਸਾਗਾ ਮਿਊਜ਼ਿਕ ਦੇ ਲੇਬਲ ਅੰਡਰ ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਲਦ ਹੀ ਅਸੀਂ ਇਸ ਐਲਬਮ ਦੇ ਬਾਕੀ 6 ਦਰਿਆਵਾਂ ਨੂੰ ਡੈਡੀਕੇਟ ਕੀਤੇ ਸੌਂਗਸ ਨੂੰ ਵੀ ਸੁਣਾਂਗੇ, ਜਿਸ ਦਾ ਅਸੀਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ। ਅਸੀਂ ਤਾਂ ਸਤਿੰਦਰ ਸਰਤਾਜ ਦੇ ਐਲਬਮ 7 ਰਿਵਰਸ ਦਰਿਆਈ ਤਰਜਾ ਦੇ ਪਹਿਲੇ ਸੌਂਗ ਨੂੰ ਸੁਣ ਚੁੱਕੇ ਹਾਂ, ਤੁਸੀਂ ਵੀ ਇਸ ਸੌਂਗ ਨੂੰ ਸੁਣੋ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਸੌਂਗ ਕਿਵੇਂ ਦਾ ਲੱਗਿਆ। ਬਾਲੀਵੁੱਡ ਅਤੇ ਬਾਲੀਵੁੱਡ ਦੀ ਇੰਟਰਸਟਿੰਗ ਨਿਊਜ਼ ਦੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ gabru.com ਨੂੰ ਸਬਸਕ੍ਰਾਈਬ ਕਰੋ ਤੇ ਥੱਲੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਜ਼ਰੂਰ ਪ੍ਰੈਸ ਕਰੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗੱਬਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।